ਕਿੱਥੇ ਰਹਿੰਦੇ ਹੋ? ਵੇਰਕੇ ਰਹਿੰਦੇ। ਇਹ ਜਿਹੜੀ ਅੱਖ ਤੇ ਤੁਹਾਡੀ ਅਸਿਸਟ ਹੈਗੀ ਸੀ ਇਸ ਜਗ੍ਹਾ ਤੇ, ਇਹ ਜਿਹੜੀ ਇਹਦੇ ਦਿਖਾਈ ਹੈ ਅਸੀਂ, ਇਹ ਕਿੰਨੇ ਚਿਰ ਤੋਂ ਸੀ? ਇਹ ਤਾਂ ਬਚਪਨ ਤੋਂ ਸੀ। ਬਚਪਨ ਤੋਂ ਹੀ ਸੀ? ਹਾਂਜੀ ਸਰ। ਅਸੀਂ ਤੁਹਾਡਾ ਪੰਚਕਰਮਾ ਇਲਾਜ ਕੀਤਾ ਜੀ ਸਰ, ਕਾਸਮੈਟਿਕ ਪੰਚਕਰਮਾ ਦਾ ਜਿਹੜਾ ਇਲਾਜ ਕੀਤਾ, ਇਹ ਤੁਹਾਨੂੰ ਕਿੰਨੇ ਦਿਨਾਂ 'ਚ ਫਰਕ ਪੈ ਗਿਆ? ਤਿੰਨ ਦਿਨ 'ਚ ਪੈ ਗਿਆ। ਤਿੰਨ ਦਿਨ 'ਚ ਪੈ ਗਿਆ। ਅੱਜ ਅੱਖ ਦਿਖਾਓ ਆਪਣੀ ਵਾਲੀ, ਹੁਣ ਬਿਲਕੁਲ ਠੀਕ ਹੈ? ਹਾਂਜੀ ਸਰ। ਲੋਕਾਂ ਨੂੰ ਦਿਵਯ ਆਯੁਰਵੇਦ ਪੰਚਕਰਮਾ ਬਾਰੇ ਕੀ ਦੱਸਣਾ ਚਾਹੋਗੇ? ਇਹੀ ਸਰ ਦੱਸਾਂਗੇ ਕਿ ਕਸਟਮਰ ਆਪਾਂ ਲੈ ਕੇ ਆਵਾਂਗੇ, ਠੀਕ ਆਪਾਂ ਠੀਕ। ਇਹ ਆਪਾਂ ਜਦ ਤੁਹਾਡਾ ਕਾਸਮੈਟਿਕ ਪੰਚਕਰਮਾ ਕੀਤਾ ਸੀ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਸੀ? ਨਹੀਂ ਸਰ। ਕਿਸੇ ਤਰ੍ਹਾਂ ਦੇ ਕੋਈ ਜਲਨ, ਕੋਈ ਦਰਦ, ਕੁਛ ਕੋ ਖੂਨ ਵੀ ਨਹੀਂ ਪਿਆ? ਕੁਛ ਕੁਛ ਨਹੀਂ, ਬਿਲਕੁਲ ਆਰਾਮ ਨਾਲ ਕਰਾਇਆ? ਆਰਾਮ ਨਾਲ ਸਰ। ਠੀਕ ਹੈ, ਥੈਂਕ ਯੂ।